दोस्तों गिल नीली रावी डेयरी फार्मिंग 47 विच है तुहाडा बहुत बहुत स्वागत आ। अज जो तुहानू एक नीली रावी दा वधिया फार्म दिखा रहे हैं ते इन्हां दे मालकां नाल ते डाक्टर साहब नाल करदे हां गलबात। सति श्री अकाल भाई जी। सति श्री अकाल जी। होर सुनाओ ठीक हो जी? वधिया जी, वधिया, ठीक ठाक। ते भाई जी नाम की अपना? मेजर सिंह जी। ते खेत ते एड्रेस दे होई अपना केड़ा है? जिला जिला फरोजपुर। हां जी। पिंड सदरदीन वाला। ठीक है जी। ਤਫਸੀਲ ਮੋਦੋਟ। ਠੀਕ ਹੈ ਜੀ। ਤੇ ਹਸੀਰ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਹੈ ਜੀ? ਚੜ੍ਹਦੀ ਕਲਾ ਜੀ। ਅੱਜ ਫਿਰ ਜਿਵੇਂ ਨਵੇਂ ਫਾਰਮ ਤੇ ਐਂਟਰੀ ਕਰਾਤੀ ਹੈ। ਹਾਂਜੀ ਹਾਂਜੀ ਕਰਾਤੀ ਜੀ, ਕਰਾਤੀ। ਡਾਕਟਰ ਸਾਹਿਬ ਫਿਰ ਕਿੰਨੇ ਕੁ ਜਾਨਵਰ ਨੀਲੀ ਦੇ ਇੱਥੇ ਫਿਰ ਆਪਾਂ ਇਹੀ ਕਰਨ ਆਉਣੇ ਜਾਂ ਕਿੱਦਾਂ? ਹਾਂਜੀ ਹਾਂਜੀ ਇਹੀ ਆਪਣੇ ਤੇ ਜੀ। ਆਪਾਂ ਗਾ ਨਵੀਂ ਪੈਦਾਵਾਰ ਇੱਥੇ ਆਪਾਂ ਕਰ ਰਹੇ ਹਾਂ। ਹਾਂਜੀ ਹਾਂਜੀ। ਇਹ ਬਾਈ ਜੀ ਫਿਰ ਆਪਣੇ ਕੋਲ ਕਿਹੜੀ ਲਾਈਨ ਦੇ ਜਾਨਵਰ ਹੈ ਜੀ? ਆਪਣੇ ਤਾਂ ਬਾਈ ਗਰਜੰਟ ਸੁਨੂੰ ਵਾਲੀ ਬਸਤੀ। ਹਾਂਜੀ। ਤੋਂ ਆਪਾਂ ਲਈਆਂ ਸੀ ਪਹਿਲਾਂ ਤਾਂ ਕੱਟੀਆਂ। ਹਾਂਜੀ। ਬਾਅਦ ਚ ਇੱਕ ਦੋ ਮੱਝਾਂ ਵੀ ਲਈਆਂ ਉਹਨਾਂ ਤੋਂ ਹੀ। ਠੀਕ ਹੈ ਜੀ। ਕੱਟਾ ਲਿਆ ਸੀ ਤਾਂ ਉਹਨੂੰ ਫੁੱਟ ਟੈਗ ਹੋ ਗਿਆ। ਠੀਕ ਹੈ ਜੀ। ਹਾਂ ਤੇ ਇਹ ਜਿਹੜੀ ਆਪਣੇ ਕੋ ਬਾਈ ਜੀ ਆ ਪਹਿਲੀ ਝੋਟੀ ਖੜੀ ਹੈ ਜੀ। ਹਾਂਜੀ। ਇਹ ਕਿਹੜੇ ਸਾਂਡ ਦੀ ਹੈ ਜੀ? ਸਟਾਰ ਦੀ ਹੈ ਜੀ। ਸਟਾਰ ਬੁੱਲ ਆ ਗਿਆ ਜੀ, ਆ ਦੇਖ ਲਓ। ਹਾਂਜੀ। ਨੱਥੂ ਵਾਲਾ ਗਰਬੀ ਦਾ ਸਟਾਰ ਜਿਹੜਾ ਬਾਈ ਗੁਰਜੰਟ ਦੇ ਘਰ ਤੋਂ ਗਿਆ ਜੀ। ਹਾਂਜੀ। ਤੇ ਇਹਦੀ ਉਮਰ ਕਿੰਨੀ ਹੋ ਗਈ ਹੈ ਜੀ? ਇਹਦੀ 1.5 ਸਾਲ ਹੋ ਗਈ ਜੀ। 1.5 ਸਾਲ ਜੀ। ਹਾਂਜੀ। ਤੇ ਇਹ ਵੀ ਫਿਰ ਬਾਈ ਗੁਰਜੰਟ ਦੇ ਘਰੋਂ ਹੀ ਲਈ? ਨਹੀਂ, ਇਹ ਆਪਣੀ ਮਾਂ ਚੋਂ ਗੱਭਣ ਟੀਕਾ ਭਰਾਏ ਹੋਈ ਸੀ ਦੀ ਤੇ। ਅੱਛਾ। ਬਾਈ ਗਰਜੰਟ ਤੋਂ ਆਈਆਂ ਇਹਦੀਆਂ ਸਟਾਰ ਦੇ ਟੀਕੇ ਦੀ। ਅੱਛਾ, ਤੁਸੀਂ ਲਾਇਆ ਸੀ ਟੀਕਾ? ਹਾਂ। ਤੇ ਡਾਕਟਰ ਸਾਹਿਬ ਦੱਸੋ ਫਿਰ ਇਹਦੇ ਸਟਾਰ ਬਾਰੇ ਵਿਚਾਰ ਦਿਓ ਜੀ। ਬਹੁਤ ਚੰਗਾ ਮਾਲੀ ਸਟਾਰ ਜੀ। ਹਾਂਜੀ, ਤੁਹਾਡੇ ਸਾਹਮਣੇ ਹੈ ਜੀ। ਤੇ ਕਿਵੇਂ ਕੁਆਲਿਟੀ ਆ ਰਹੀ ਬੱਚਿਆਂ ਦੀ, ਸਟਾਰ ਦੇ ਬੱਚਿਆਂ ਦੀ ਕਿਵੇਂ ਦੀ ਕੁਆਲਿਟੀ ਆ ਰਹੀ ਹੈ? ਬਹੁਤ ਵਧੀਆ ਜੀ, ਬਹੁਤ ਵਧੀਆ। ਬਹੁਤ ਵਧੀਆ ਆ ਰਹੀ ਹੈ। ਹਾਂਜੀ, ਆ ਜਾਣਕਾਰੀ ਦਿਓ ਇਹਨਾਂ ਬਾਰੇ ਥੋੜੀ ਬੋਦੀ ਵੀ ਆ ਜਿਹੜੀ ਝੋਟੀ ਖੜੀ ਆਪਣੇ ਸਾਹਮਣੇ। ਹਾਂਜੀ। ਇਹਦਾ ਵੀ ਝੋਟੀ ਵੇਖੋ, ਪਿੱਠ ਪੁੜਾ ਕਿੱਡਾ ਕਮਾਲ ਦਾ ਜੀ ਇਹਦਾ। ਹਾਂਜੀ। ਬਾਡੀ ਬੰਤਰ, ਬਾਡੀ ਬੰਤਰ ਬਹੁਤ ਵਧੀਆ, ਪੁੱਠਾ ਕਿੱਡਾ ਉੱਪਰ ਹੋ ਗਿਆ। ਹਾਂ, ਬਹੁਤ ਉੱਚਾ ਆਇਆ ਜੀ। ਪੋਸ਼ ਆ ਜਿਹੜੀ ਉਹ ਵੀ ਦੇਖ ਲਓ ਜੀ। ਇਸ ਤੋਂ ਬਾਅਦ ਜੇ ਥਾਨਾਟਰ ਦੀ ਕੁਆਲਿਟੀ ਦੀ ਗੱਲ ਕਰੀਏ ਤੇ ਉਹ ਵੀ ਚੰਗੀ ਆ। ਇੱਕ ਗੱਲ ਹੋਰ ਆ ਜੀ, ਜਿਹੜੀ ਕੁਆਲਿਟੀ ਤੁਸੀਂ ਦੇਖ ਲਓ, ਅੱਖਾਂ ਦੀ ਬਣਾਵਟ ਵੀ ਬਹੁਤ ਸੋਹਣੀ ਆਈ ਜੀ। ਬਹੁਤ ਵਧੀਆ ਜੀ। ਸਿੰਗ ਵੀ ਗੋਲ ਆਇਆ ਜੀ, ਤੇ ਜਿਹੜੀ ਬੇ ਦਾ ਲੰਬਾਈ ਬਹੁਤ ਚੰਗੀ ਹੈ ਜੀ। ਮਗਰ ਕੱਟੀ ਸੂਈ ਸੀ ਆਪਣੇ ਘਰੇ। ਹਾਂਜੀ। ਤੇ ਉਹਦੀ ਕੱਟੀ ਆ ਇਹ ਬਾਈ ਜੀ, ਸਟਾਰ ਬੁੱਲ ਦੀ ਜਿਹੜੀ ਝੋਟੀ ਜਿਹੜੀ ਆ ਗਈ ਹੈ ਜੀ, ਇਹਨਾਂ ਨੇ ਮੱਝ ਲਈ ਸੀ ਮਾਵਾਂ ਉਹਦੇ ਮਗਰ ਆਈ ਸੀ। ਹਾਂਜੀ। ਦੁਲਚੀ ਵਾਲੇ ਮੱਲਾਂ ਦਾ ਭਰ ਕੇ ਗਿਆ ਸਫਰ ਇਹਨੂੰ ਕੀਤੀ। ਹਾਂ, ਮੱਲ ਫਾਰਮ ਵਾਲੇ ਦੀ ਦੁਲਚੀ ਵਾਲੇ ਦਾ ਨੰਬਰ 1 ਦਾ। ਹਾਂ, ਨੰਬਰ 1 ਦਾ ਜਿਹੜਾ ਸੀਮਨ ਆ ਉਹ ਲੱਗਾ ਹੋਇਆ ਜੀ ਇਸ ਮਹਿਲ ਨੂੰ। ਤੇ ਸਟਾਰ ਬੁੱਲ ਜਿਹੜਾ ਇਸ ਟਾਈਮ ਨੱਥੂ ਵਾਲਾ ਗਰਬੀ ਤੇ ਬਾਈ ਗੁਰਜੰਟ ਦੇ ਘਰੋਂ ਗਿਆ। ਤੇ ਕੁਆਲਿਟੀ ਤੁਸੀਂ ਦੇਖੋ, ਮਹੀ ਦੇ ਵਿੱਚ ਚੈੱਕ ਕਰ ਲਓ, ਜਿਹੜਾ ਥਾਨ ਆਰਡਰ ਆ ਉਹਦੀ ਕੁਆਲਿਟੀ ਦੇਖ ਲਓ ਤੁਸੀਂ। ਆਹ ਤੁਹਾਡੇ ਸਾਹਮਣੇ ਆ, ਬਿਲਕੁਲ ਅੱਖਾਂ ਦੀ ਬਣਾਵਟ ਚੰਗੀ ਆ, ਤੇ 3 ਪਰਤਾਂ ਦੇ ਵਿੱਚ ਅੱਖ ਜਿਹੜੀ ਆ ਰਹੀ ਇਹਦੀ ਵੇਖ ਲਓ ਜੀ, ਗੁਲਾਬੀ, ਵਾਈਟ ਅਤੇ ਬਲਿਊ। ਡਾਕਟਰ ਸਾਹਿਬ ਫਿਰ ਕਿਵੇਂ ਰਹੂਗੀ ਝੋਟੀ ਜੀ? ਬਹੁਤ ਚੰਗੀ ਝੋਟੀ ਹੈ ਜੀ। ਚੰਗੀ ਝੋਟੀ ਹੈ ਜੀ, ਬਹੁਤ ਵਧੀਆ ਜੀ। ਤੇ ਕਿਵੇਂ ਦੁੱਧ ਲੋ, ਚੰਗੀ ਰਹੂਗੀ? ਹਾਂ ਹਾਂ, ਵਧੀਆ ਨਿਕਲੂ ਜੀ, ਵਧੀਆ ਉਤਰੂਗੀ। ਡਾਕਟਰ ਸਾਹਿਬ ਇੱਕ ਗੱਲ ਹੋ ਰਿਹਾ, ਕਹਿੰਦੇ ਸਟਾਰ ਦੀਆਂ ਝੋਟੀਆਂ ਖੀਰੀਆਂ ਬਹੁਤ ਸੁਣਦੀਆਂ। ਵਾਕਈ ਗੱਲ ਸਹੀ ਹੈ ਜੀ ਤੁਹਾਡੀ। ਸਹੀ ਗੱਲ ਆ ਜੀ, ਸਹੀ ਗੱਲ ਆ ਜੀ। ਇਹ ਜੀ ਜਿਹੜਾ ਸਟਾਰ ਬੁੱਲ ਆ ਜੀ, ਇਹਦੀਆਂ ਝੋਟੀਆਂ ਖੀਰੀਆਂ ਸੁਣਦੀਆਂ, ਤੇ ਆਹ ਤੁਹਾਡੇ ਸਾਹਮਣੇ ਦੂਸਰੀ ਜਿਹੜੀ ਝੋਟੀ ਇਹ ਵੀ ਦੇਖ ਲਓ ਤੁਸੀਂ। ਇਹ ਤੋਂ ਬਾਅਦ ਡਾਕਟਰ ਸਾਹਿਬ ਫਿਰ ਕਿਹੜੀ ਝੋਟੀ ਆ ਗਈ ਜੀ, ਇਹਦੇ ਬਾਰੇ ਦੱਸਿਓ ਜੀ। ਇਹ ਗਰਜੰਟ ਵਾਲੀ ਤਲੜਮਾਂ ਦੀ। ਇਹ ਬਾਈ ਗਰਜੰਟ ਦੇ ਘਰੋਂ ਖਿੱਚੀ ਸੀ ਆਪਾਂ? ਮੈਂ ਕੱਟੀ ਲਈ ਗਰਜੰਟ ਦਾ ਤਿਲੜਮਾਇਆ ਉਹਦੇ ਘਰੇ ਇਸ ਟਾਈਮ ਮੌਜੂਦ ਆ ਗਰਜੰਟ ਦਾ। ਹਾਂ, ਲੰਮੀ ਜੀ ਕਾਲੇ ਰੰਗ। ਹਾਂ, ਵੱਡੀ ਮੈਂ ਜੀ, ਸਾਰੀ ਮੈਂ ਉਹਦੀ ਕੱਟੀ ਆ, ਆਪਾਂ ਛੋਟੀ ਜਿਹੀ ਲਈ ਗਰਜੰਟ ਦਾ। ਉਹਦੇ ਛੋਟ ਕੀਤੀ ਆਪਾਂ, ਹਨਾ? ਛੋਟ ਕੀਤੀ ਉਹੀ ਆ। ਹਾਂਜੀ। ਤੇ ਬਾਈ ਗਰਜੰਟ ਦੀ ਵੀਡੀਓ ਬਸ ਅੱਜ ਭਲਕਾਉਣ ਵਾਲੀ ਆਪਣੇ ਚੈਨਲ ਤੇ ਰੀਡਿੰਗ ਹੋਈ ਹੈ। ਹਾਂਜੀ। ਤੇ ਬਾਈ ਜੀ ਇਹ ਫਿਰ ਸੂਣ ਵਾਲੀ ਜੇ ਕਿੱਦਾਂ ਚੱਲਦੀ? ਇਹਦਾ ਵੀ 2 ਮਹੀਨੇ ਰਹਿ ਗਏ ਸੂਣ ਚ। 2 ਮਹੀਨੇ ਰਹਿ ਗਏ ਜੀ। ਤੇ ਬਾਪ ਇਹਦਾ? ਬਾਪ ਇਹਦਾ ਵੀ ਸਟਾਰ ਹੀ। ਅੱਛਾ, ਇਹ ਵੀ ਸਟਾਰ ਦੀ ਆ ਗਈ ਬਾਇਆ ਵੀ ਅੱਜ ਸਟਾਰ ਹੀ ਚੱਲ। ਉਦੋਂ ਇਹਨਾਂ ਦੇ ਘਰੇ ਸੀ ਸਟਾਰ, ਉਦੋਂ ਘਰੇ ਸੀਗਾ। ਹਾਂ, ਉਦੋਂ ਨਹੀਂ ਵੇਚਿਆ ਜੇ ਨਾ, ਜਦੋਂ ਇਹਨਾਂ ਗੱਬਣਾ ਮਈ ਕਰਾ ਕੇ ਵੇਚਿਆ ਇਹਨਾਂ ਨੇ। ਅੱਛਾ ਜੀ, ਗੱਬਣਾ ਮੱਝਾਂ ਕਰਾ ਕੇ ਵੇਚਿਆ ਸੀ ਬਾਈ ਉਹਨਾਂ ਨੇ, ਸਟਾਰ ਗੁਰਜੰਟ ਉਹਨਾਂ ਨੇ। ਹਾਂਜੀ। ਤੇ ਆਹ ਕੁਆਲਿਟੀ ਦੇਖੋ ਇਸ ਝੋਟੀ ਦੇ ਵਿੱਚ, ਅੱਖ ਬਹੁਤ ਸੋਹਣੀ ਆ ਰਹੀ ਹੈ ਸਟਾਰ ਦੀ।
ਤੇ ਬੱਚੇ ਚੰਗੇ ਜਾਨੀ ਕਿ ਪਾ ਰਿਹਾ ਸਟਾਰ ਤੇ ਇਹਦੇ ਵਿੱਚ ਕੁਆਲਿਟੀ ਦੇਖੋ ਮੈਂਆਂ ਦਾ ਜਿਹੜਾ ਪਿੱਠਪੁੜਾ ਜਿਹੜਾ ਵੇਖੋ ਕਿੱਡਾ ਜ਼ਬਰਦਸਤ ਆ ਬਾਡੀ ਬਣਤਰ ਚੰਗੀ ਸੋਹਣੀ ਹੈ ਜੀ ਕੁਆਲਿਟੀ ਦੇਖ ਲਓ ਤੁਹਾਡੇ ਸਾਹਮਣੇ ਆ ਬਿਲਕੁਲ ਤੇ ਦੂਸਰੀ ਗੱਲ ਠੰਡੇ ਵੀ ਹੈਗੇ ਜਾਨਵਰ ਚੰਗੇ ਇਹ ਫਿਰ ਹੁਣ ਬਾਈ 2 ਮਹੀਨੇ ਰਹਿ ਗਈ ਇਹ ਫਿਰ ਗਾਂ ਕਿਹੜੇ ਥਾਂ ਤੋਂ ਗੱਭਣ ਆ ਗਈ ਜੀ ਦੁਲਚੀ ਵਾਲੇ ਮਾਲ ਡੇਰੀ ਫਾਰਮ ਉਹਨਾਂ ਦਾ ਇਹ ਵੀ ਡਾਕਟਰ ਸਾਹਿਬ ਹਾਂਜੀ ਹਾਂਜੀ ਵਨ ਸਾਹਿਬ ਨੇ ਇਹ ਆਈ ਕੀਤੀ ਡਾਕਟਰ ਸਾਹਿਬ ਫਿਰ ਤੁਸੀਂ ਜਿਹੜਾ ਇਹ ਮਾਲ ਫਾਰਮ ਦੁਲਚੀ ਵਾਲਾ ਸੀਮਨ ਲਾ ਰਹੇ ਹੋ ਐਰਕੀ ਸਾਰਿਆਂ ਨੂੰ ਉਹ ਲਾ ਰਹੇ ਹਾਂ ਸਾਰਿਆਂ ਨੂੰ ਉਹ ਲਾਇਆ ਤੇ ਉਹਦੀ ਖਾਸੀਅਤ ਦੱਸ ਦਿਓ ਭਰਾਵਾਂ ਨੂੰ ਥੋੜੀ ਬੋਦੀ ਵੀ ਕਿਉਂ ਯੂਜ਼ ਕੀਤਾ ਤੁਸੀਂ ਬਹੁਤ ਚੰਗਾ ਬੋਲਦਾ ਜੀ ਜਿੰਨਾ ਕਹਿ ਲਈਏ ਚੰਗਾ ਬੋਲਾ ਮਾਂ ਬਾਪ ਦਾ ਚੰਗਾ ਰਿਕਾਰਡ ਆ ਮਾਂ ਦਾ ਵੀ ਰਿਕਾਰਡ ਚੰਗਾ ਵਾ ਚਵਾਈਆਂ ਵੀ ਲਾਈਵ ਕਰਾ ਰਹੇ ਆ ਹਾਂਜੀ ਆ ਆਪਣੇ ਠੀਕ ਹੈ ਜੀ ਤੇ ਬਹੁਤ ਚੰਗਾ ਰਿਕਾਰਡ ਇਸੇ ਕਰਕੇ ਐਰਕੀ ਸਾਰੀਆਂ ਮੱਝਾਂ ਨੂੰ ਮੱਲ ਫਾਰਮ ਨੰਬਰ 1 ਹੀ ਲਾਇਆ ਜੀ ਫਿਰੋਜ਼ਪੁਰ ਏਰੀਆ ਹਾਂਜੀ ਪਿਛਲੀ ਵਾਰੀ ਸਾਰਾ ਸਟਾਰ ਲਾਇਆ ਸੀਗਾ ਠੀਕ ਹੈ ਜੀ ਤੇ ਯਾਨੀ ਕਿ ਸਟੈਪ ਬਾਈ ਕਰਦੇ ਜੀ ਇੱਕ ਸੀਜ਼ਨ ਯਾਨੀ ਕਿ ਸਟਾਰ ਲਾਤਾ ਹਾਂਜੀ ਹਾਂਜੀ ਐਤ ਕੀ ਮੱਲ ਫਾਰਮ ਤੇ ਫਿਰ ਗਾਂ ਨਵਾਂ ਕਿਹੜਾ ਚੁਆਇਸ ਕਰ ਰਹੇ ਹੋਗਾ ਅਗਲੀ ਵਾਰੀ ਇਹ ਬਾਅਦ ਚ ਦੱਸੋਗੇ ਬਾਅਦ ਚ ਦੱਸਾਂਗੇ ਜੀ ਰੱਖੋਗੇ ਹੈ ਇੱਕ ਸੂਆ ਦਾ ਸਟਾਰ ਦਾ ਲਿਆ ਸੀਗਾ ਹਾਂਜੀ ਤੇ ਐਤ ਕੀ ਸੂਆ ਜਿਹੜਾ ਵਾ ਨੰਬਰ 1 ਦਾ ਲਿਆ ਐਤ ਕੀ ਨੰਬਰ 1 ਚੱਲਦਾ ਪਿਆ ਜਿਹੜਾ ਮੱਲ ਫਾਰਮ ਦੁਲਜੀ ਕਹਿੰਦੇ ਬਾਈ ਜੀ ਅਗਲੀ ਝੋਟੀ ਜਿਹੜੀ ਇਹਦੇ ਬਾਰੇ ਦੱਸੋ ਇਹ ਬਾਈ ਗਰਮੇਲ ਆ ਪ੍ਰਾਪਰ ਜਿਹੜੇ ਹਾਂਜੀ ਬਰਾਬਣੀ ਉਹਨਾਂ ਤੋਂ ਕੱਟੀ ਲਈ ਸੀ ਆਪਾਂ ਹਾਂਜੀ ਛੋਟੀ ਜੀ ਅੱਛਾ ਜੀ ਤੇ ਹੁਣ ਤਾਂ ਆਪਣੇ ਘਰੇ ਮੈਂ ਬਣ ਗਈ ਆ ਸੂਪੀ ਇਹ ਕਿਹੜੇ ਸਾਂਦੀ ਆ ਜਾਂ ਕੋਈ ਇਹਦੇ ਬਾਰੇ ਇਹ ਉਦੋਂ ਇਹਨਾਂ ਕੋਲ ਸਾਂ ਹੁੰਦਾ ਇਹਨਾਂ ਦੇ ਘਰ ਦੀ ਕੱਟੀ ਛੋਟੀ ਜਿਹੀ ਆਪਾਂ ਤਾਂ ਲਈ ਉਦੋਂ 2 ਮਹੀਨਿਆਂ ਦੀ ਸੀ ਉਦੋਂ ਲਿਆਂਦੀ ਸੀ ਅੱਛਾ ਜੀ ਇਹ ਹੁਣ ਕਿੰਨਾ ਸੁਆ ਸੂਈ ਆ ਨਹੀਂ ਐਤਕੀ ਪਹਿਲਾ ਸੁਆ ਸੂਈ ਆ ਜੀ ਹੁਣ ਤਾਂ ਜਾਨੀ ਕਿ ਤੋਕੜ ਹੋਈ ਖੜੀ ਆ ਅੱਛਾ ਜੀ ਦੁੱਧੋ ਕਿਵੇਂ ਰਹੀ ਜੀ ਇਹ ਦੁੱਧੋ ਪਹਿਲੇ ਸੂਏ 11 12 ਕਿਲੋ ਤਰੀ ਜੀ ਠੀਕ ਆ ਜੀ ਤੇ ਹੁਣ ਜੀ ਹੁਣ ਤਾਂ 7-8 ਕਿਲੋ ਹੈਗਾ ਜੀ ਵੀ ਅੱਛਾ ਜੀ ਤੇ ਹਾਂ ਜੀ ਹੁਣ ਸੂਣ ਚ ਕਿੰਨਾ ਟਾਈਮ ਰਹਿ ਗਿਆ ਹੁਣ 4 ਮਹੀਨੇ ਹੈਗਾ ਬਾਈ 4 ਮਹੀਨੇ ਰਹਿ ਗਏ ਤੇ ਡਾਕਟਰ ਸਾਹਿਬ ਫਿਰ ਇੱਧਰ ਵੀ ਤੇ ਇਦੋਂ ਗਾਂ ਵਾਲੀ ਛੋਟੀ ਬਾਈ ਜੀ ਆ ਗਈ ਜਿਹੜੀ ਇਹ ਬਾਈ ਕਾਰਜ ਤੋਂ ਸੁਣਨ ਵਾਲੇ ਬਸਤੀ ਤੋਂ ਮੱਝ ਲਈ ਸੀ ਆਪਾਂ ਹਾਂਜੀ ਤੇ ਉਦੋਂ ਆਪਾਂ ਜਾਨੀ ਇਹ ਤੋਕੜ ਮੈਂ ਹੀ ਲਿਆਂਦੀ ਸੀ ਉਹਨਾਂ ਨੂੰ ਠੀਕ ਹੈ ਜੀ ਤੇ ਆਪਣੇ ਘਰੇ ਆਣ ਕੇ ਬਾਜ ਸੂਈ ਸੀ ਗੱਭਣ ਉਹਨਾਂ ਦੇ ਘਰੋਂ ਆਈ ਸੀ ਵੀ ਅੱਛਾ ਜੀ ਤੋਕੜ ਗੱਭਣ ਲਈ ਸੀ ਹਾਂਜੀ ਤੋਕੜ ਗੱਭਣ ਲਈ ਸੀ ਦੀ ਇਹ ਫਿਰ ਕਿੰਨਾ ਸੂਆ ਸੂਈ ਹੋਣ ਜੀ ਹੁਣੇ ਤੀਜਾ ਸੂਆ ਸੂਈ ਆ ਜੀ ਤੀਜਾ ਸੂਆ ਸੂਈ ਤੇ ਹਾਂਜੀ ਕਿਵੇਂ ਰਹੀ ਜੀ ਦੁੱਧ ਲਾਈ ਚੋਏ ਵਧੀਆ ਰਹੀ ਦੁੱਧ ਹੁਣ ਦੇ 20-25 ਦਾ ਰਹਿ ਗਏ ਸੂਣ ਚ ਅੱਛਾ ਜੀ ਤੇ ਹੁਣ ਮਹਾ ਦੁੱਧ ਹੈ ਤਾਂ ਆਪ ਹੀ ਸਕਾਈ ਆ ਅੱਛਾ ਜੀ ਇਸ ਕਾਉਂਦੀ ਨਹੀਂ ਚਿੰਦ ਜੀ ਠੀਕ ਆ ਜੀ ਹਾਂ ਪ੍ਰਭ ਦੇ ਮਾਮਿਆਂ ਨੂੰ ਕੱਟੀ ਦਿੱਤੀ ਇਹਨਾਂ ਨੇ ਉਹਨਾਂ ਕੱਟੀ ਤੇ ਗਾਂ ਫਿਰ ਉਹਨਾਂ ਗਾਂ ਵੇਚਤੀ ਤੇ ਆਪਾਂ ਉਹਨਾਂ ਤੋਂ ਗਾਂ ਲੈ ਆਂਦੀ ਅੱਛਾ ਮੁੜ ਕੇ ਆਪਣੇ ਕੋਲ ਆ ਗਈ ਹਾਂਜੀ ਤੀਜੀ ਥਾਂ ਆਪਣੇ ਕੋਲ ਆਈ ਹੈ ਠੀਕ ਹੈ ਜੀ ਇਹ ਫਿਰ ਹੁਣ ਸੂਣ ਵਾਲੀ ਹੈ ਜੀ ਹਾਂਜੀ ਹਾਂਜੀ ਸੂਣ ਵਾਲੀ ਇਹਦਾ ਕਿੰਨਾ ਟਾਈਮ ਰਹਿ ਗਿਆ ਜੀ ਇਹ ਵੀ 4 ਕੁ ਮਹੀਨੇ ਦੀ ਗੱਪਣਾ ਜੀ 4 ਮਹੀਨੇ ਦੀ ਗੱਪਣਾ ਜੀ ਕੁਆਲਿਟੀ ਦੇਖ ਲਓ ਇਸ ਮੈਂ ਦੇ ਵਿੱਚ ਵੀ ਚੰਗੀ ਆ ਹਾਂਜੀ ਅੱਖ ਬਣਾਵਟ ਬਹੁਤ ਸੋਹਣੀ ਆ ਤੇ ਤੁਹਾਡੇ ਸਾਹਮਣੇ ਆ ਤੇ ਇਹ ਵੀ ਇਹ ਆਈ ਡਾਕਟਰ ਸਾਹਿਬ ਹਾਂ ਹਾਂਜੀ ਹਾਂਜੀ ਤੇ ਆ ਜਿਹੜੀ ਇਹ ਬਾਈ ਸਾਰਜ ਗਰਮੇਲ ਦਾ ਭਤੀਜਾ ਸੁਣੋ ਜਿੰਦੇ ਘਰੋਂ ਸਟਾਰ ਗਿਆ ਸੀ ਇਹ ਕੱਟੀ ਉਹਦੇ ਤੋਂ ਲਈ ਆ ਅੱਛਾ ਜੀ ਇਹਨਾਂ ਦੇ ਘਰੇ ਸਟਾਰ ਜਾਨੀ ਕਿ ਜਿੱਥੋਂ ਗਿਆ ਇਹ ਛੋਟੀ ਜੀ ਕੱਟੀ ਵੀ ਉਹਨਾਂ ਛੋਟੀ ਜੀ ਤੋਂ ਲਈ ਆਪਾਂ ਇਹ ਵੀ ਸਟਾਰ ਦੀ ਆ ਇਹ ਨਹੀਂ ਪਤਾ ਕਿਹੜੇ ਦੀ ਆ ਆਪਾਂ ਸਾਰਜ ਤੋਂ ਲਈ ਸੀ ਉਦੋਂ ਅੱਛਾ ਜੀ ਇਹਨਾਂ ਦਾ ਪਤਾ ਨਹੀਂ ਕਿਹੜੇ ਸਾਂ ਦੀ ਛੋਟੀ ਜੀ ਜਿਵੇਂ ਲਈ ਆ ਇਹ ਵੀ ਸੂਣ ਵਾਲੀ ਹੈ ਜੀ ਹਾਂਜੀ ਇਹ ਵੀ ਹੁਣ ਗਾਂ ਸੂਣ ਵਾਲੀ ਆ ਤੇ ਇਹ ਕਿਹੜੇ ਸਾਂ ਤੋਂ ਗੱਭਣ ਆ ਗਈ ਫਿਰ ਇਹ ਯਾਰ ਆਪਾਂ ਕੀ ਉਦੋਂ ਤੋਂ ਕੀਤੀ ਸੀ ਉਦੋਂ ਮੱਲ ਫਾਰਮ ਵਾਲੀ ਨੰਬਰ 1 ਜੀ ਨੰਬਰ 1 ਤੋਂ ਹੀ ਆ ਗਈ ਜੀ ਫਿਰ ਹਾਂਜੀ ਤੇ ਇਹਦਾ ਕਿੰਨਾ ਟਾਈਮ ਰਹਿ ਗਿਆ ਜੀ ਹੁਣ ਇਹ ਹੁਣ ਜਿਹੜੀਆਂ ਸੱਜਰਾ ਮਈ ਦਾ ਬੱਟ ਆਇਆ 3-3 ਮਹੀਨੇ ਗੱਭਣਾ ਇਹ ਹੋਈਆਂ ਇਹਦੀਆਂ ਅੱਛਾ ਜੀ ਹਾਂਜੀ ਇਹਦੇ ਦੁੱਧ ਚੰਗਾ ਜੀ ਦੁੱਧ ਐਰਕੀ ਦੇ ਗਈ 12 ਕਿਲੋ 13 12 13 ਅੱਛਾ ਜੀ ਹਾਂਜੀ ਤੇ ਬਾਈ ਜੀ ਕਾਹ ਝੋਟੀ ਬਾਹਰ ਖੜੀ ਹੈ ਜੀ ਇਹਦੇ ਬਾਰੇ ਦੱਸੋ ਜੀ ਇਹ ਆਪਣੇ ਤਰਨਾੜ ਦਾ ਟੀਕਾ ਲਾਇਆ ਹੈ ਡਾਕਟਰ ਸਾਹਿਬ ਨੇ ਇੱਕ ਤਰਨਾੜ ਦੀ ਕੱਟੀ ਹੈ ਸਿੱਧੂ ਵਾਲੇ ਤਰਨਾੜ ਉਦੋਂ ਤਰਨਾੜ ਉਦੋਂ ਦੇ ਕੋਲ ਚਲਾ ਗਿਆ ਸੀ ਉਹਨੇ ਟੀਕੇ ਭਰਾਏ ਦੇ ਠੀਕ ਹੈ ਜੀ ਹਾਂਜੀ ਤਰਨਾੜ ਦੀ ਆ ਗਈ ਜੀ ਆ ਦੇਖ ਲਓ ਕੱਟੀ ਤਰਨਾੜ ਹਾਂਜੀ ਤੇ ਡਾਕਟਰ ਸਾਹਿਬ ਫਿਰ ਹੋਰ ਆਪਣੇ ਜਾਨਵਰ ਜਿਹੜੇ ਆ ਕੱਟਾ ਖੜਾ ਜੀ ਬਾਹਰ ਇਹ ਤਾਂ ਆਪਣੇ ਉਹਨਾਂ ਦਾ ਸਾਂ ਦਾ ਹਾਂਜੀ ਇਹ ਆਪਣਾ ਨੀਲੀ ਰਾਵੀ ਦਾ ਸਾਂ ਸੀਗੀ ਇੱਧਰ ਆਪਣੇ ਭਾਵੜੇ ਜੀ ਇਹ ਉਹਨਾਂ ਦਾ ਮੱਝ ਉਹਨਾਂ ਦੇ ਪਿੱਛੇ ਆਇਆ ਸੀ ਮੱਝ ਭਾਵੜੇ ਲਈ ਸੀ ਮੈਂ ਹਾਂ ਭਾਵੜੇ ਪਿੱਛੇ ਹੀ ਆਇਆ ਸਾਂ ਜੀ ਹਾਂਜੀ ਹਾਂਜੀ ਕੁਆਲਿਟੀ ਦੇਖ ਲਓ ਜੀ ਇਹਦੇ ਵਿੱਚ ਭਾਵੜੇ ਤੋਂ ਸਾਂ ਆਇਆ ਸੀਗਾ ਜੀ ਉਹਨਾਂ ਦੇ ਮਗਰ ਹੀ ਆਇਆ ਜੀ ਇਹ ਕਿੰਨੇ ਜਿੱਦਾ ਹੋ ਗਿਆ ਬਾਈ ਜੀ ਇਹ ਹੋ ਗਿਆ 5 ਕਿ ਮਹੀਨੇ ਦਾ ਜੀ ਇਹਨਾਂ ਮੱਝ ਲਈ ਸੀ ਤੇ ਨਾਲ ਆ ਤੇ ਬਾਈ ਇਸ ਤੋਂ ਬਾਅਦ ਹੋਰ ਜਾਣਾ ਉਹ ਤਰਨਾੜ ਦਾ ਹਾਂਜੀ ਬਾਈ ਜੀ ਇਹਨਾਂ ਵਿੱਚ ਤਰਨਾੜ ਦਾ ਕਿਹੜਾ ਤੇ ਆ ਜਿਹੜਾ ਜੀ ਤਰਨਾੜ ਦਾ ਜੀ ਆ ਤਰਨਾੜ ਦਾ ਬੱਚਾ ਦੇਖ ਲਓ ਜੀ ਤਰਨਾੜ ਆ ਗਿਆ ਜੀ
ਕੁਆਲਿਟੀ ਦੇਖੋ ਡਾਕਟਰ ਸਾਹਿਬ ਵੀ ਆਪਾਂ ਹੀ ਪੈਦਾਵਾਰ ਕੀਤੀ ਹਾਂਜੀ ਹਾਂਜੀ ਤਰਨਾੜ ਦਾ ਕੱਢਿਆ ਪਿੱਛੇ ਹੋਏ ਮੜੇ ਆਹ ਚੈੱਕ ਕਰ ਲਓ ਜੀ ਤਰਨਾੜ ਦਾ ਬੱਚਾ ਤੇ ਬਾਈ ਜੀ ਨਾਲ ਇਹ ਕੱਟੀ ਇਹ ਸਟਾਰ ਦੀ ਹੈ ਜੀ ਇਹ ਸਟਾਰ ਦੀ ਹਾਂ ਬਾਈ ਇੱਕ ਕੱਟੀ ਹੋਰ ਦੇਖ ਲਓ ਸਟਾਰ ਦੀ ਸਟਾਰ ਬੁੱਲ ਦੀ ਕੱਟੀ ਤੇ ਇਹ ਵੀ ਡਾਕਟਰ ਸਾਹਿਬ ਆਪਾਂ ਹੀ ਇਹ ਕੀਤੀ ਹਾਂਜੀ ਹਾਂਜੀ ਚੈੱਕ ਕਰ ਲਓ ਜੀ ਕੁਆਲਿਟੀ ਕੱਟੀ ਦੇ ਵਿੱਚ ਇਹਦੇ ਵੀ ਤੇ ਕੱਟਾ ਵੀ ਦੇਖ ਲਓ ਤਰਨਾੜ ਦਾ ਐਂ ਤੁਹਾਨੂੰ ਨਵੀਆਂ ਤੋਂ ਨਵੀਆਂ ਵੀਡੀਓ ਜਿਹੜੀਆਂ ਦਿਖਾਉਂਦੇ ਰਹਾਂਗੇ ਤੇ ਬਾਈ ਜੀ ਧੰਨਵਾਦ ਤੁਹਾਡਾ ਟਾਈਮ ਦੇਣ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਧੰਨਵਾਦ ਜੀ ਧੰਨਵਾਦ ਜੀ ਓਕੇ ਜੀ